ਆ ਇੱਕ ਮਾਤਾ ਸੁੱਖੋ ਦੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਪਏ ਆ, ਜੋ ਕਿ ਤਰਪੈਲ ਦੀ ਝੋਂਪੜੀ ਬਣਾ ਕੇ ਤਰਪੈਲ ਦੇ ਵਿੱਚ ਰਹਿ ਕੇ ਆਪਣਾ ਗੁਜ਼ਰ ਬਸਰ ਕਰਦੀ ਪਈ ਆ, ਜਿੱਥੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਕਰਕੇ ਲੋਕ ਪਰੇਸ਼ਾਨ ਨੇ, ਘਰੋਂ ਬੇਘਰ ਹੋ ਗਏ ਨੇ, ਉੱਥੇ ਇਹ ਮਾਤਾ ਵੀ ਉਹਨਾਂ ਵਿੱਚੋਂ ਇੱਕ ਹੀ ਨਜ਼ਰ ਆਉਂਦੀ ਪਈ ਹੈ। ਕਿਉਂਕਿ ਇਸਦੇ ਘਰ ਦੇ ਵਿੱਚ ਦੇਖੋ ਤਰਪੈਲ ਲਗਾ ਕੇ ਆਪਣਾ ਗੁਜ਼ਰ ਬਸਰ ਕਰਦੀ ਪਈ ਹੈ, ਸਰਕਾਰਾਂ ਅੱਗੇ ਲੋਕਾਂ ਅੱਗੇ ਜਿਹੜੀ ਹੈਗੀ ਆ ਮੰਗ ਕਰਦੀ ਪਈ ਹੈ ਮਦਦ ਦੀ। ਇਹਦੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੈਗੇ ਹੋ, ਨਾ ਤਾਂ ਬਾਥਰੂਮ ਆ, ਨਾ ਕੋਈ ਰਸੋਈ ਹੈ, ਨਾ ਕੋਈ ਰਹਿਣ ਨੂੰ ਕੋਈ ਜਗ੍ਹਾ ਹੈਗਾ ਆ। ਤੁਸੀਂ ਆਪ ਹੀ ਤਸਵੀਰਾਂ ਦੇਖੋ ਕੀ ਕਹਿਣਾ ਮਾਤਾ ਦਾ, ਉਹ ਅਸੀਂ ਗੱਲਬਾਤ ਕਰਕੇ ਜਾਣਦੇ ਹਾਂ। ਹਾਂਜੀ ਬਾਬਾ ਜੀ, ਕੀ ਨਾਮ ਆ ਤੁਹਾਡਾ? ਭਗਵਾਨ ਦਾ। ਕਿਹੜਾ ਪਿੰਡ ਹੈ? ਕੰਬੋਕ। ਅੱਛਾ ਬਾਬਾ ਜੀ, ਅੱਜ ਮਾੜੀ ਕੰਬੋਕ ਦੇ ਵਿੱਚ ਆਏ ਇੱਕ ਬਜ਼ੁਰਗ ਮਾਤਾ ਸੁੱਖੋ। ਹਾਂਜੀ। ਅਤੇ ਉਹਦੇ ਘਰ ਦੇ ਹਾਲਾਤ ਦੇ ਬਾਰੇ ਪਤਾ ਲੱਗਾ ਹੈ ਕਿ ਬੜੇ ਮਾੜੇ ਹਾਲਾਤ ਹੈ, ਛੱਤ ਵੀ ਜਿਹੜੀ ਡਿੱਗਣ ਵਾਲੀ ਹੈ। ਕੀ ਮਾਮਲਾ ਹੈ ਪੂਰਾ? ਬਹੁਤ ਮਾੜਾ ਛੱਤ ਦਾ ਕੰਮ ਤੇ ਬਹੁਤ ਗਰੀਬੀ ਜ਼ਿਆਦੀ ਹੈ ਅਤੇ ਹਾਲਾਤ ਬਹੁਤ ਮਾੜੇ ਆ। ਅਤੇ ਕੀ ਇਹਨਾਂ ਤਰਪਾਲ ਪਾਈ? ਤਰਪਾਲ ਤੰਬੂ ਲਾਇਆ ਬਾਹਰ ਆਵੇ ਪਾ ਕੇ, ਪਤਾ ਲੱਗਾ ਕਿ ਘਰ ਦੇ ਵਿੱਚ ਨਾ ਫਲੱਸ਼ ਹੈ ਨਾ ਹੋਰ ਬਾਥਰੂਮ ਹੈ, ਕੁਛ ਵੀ ਨਹੀਂ ਹੈ। ਕੀ ਸਰਕਾਰਾਂ ਨੇ ਇੱਧਰ ਧਿਆਨ ਨਹੀਂ ਦਿੱਤਾ ਕਿ ਕੀ ਮੰਗ? ਕੀ ਮੰਗ ਕਰਦੇ ਜੇ ਤੁਸੀਂ? ਮੰਗ ਕਰਦੇ ਮੇਰੀ ਸਰਕਾਰ ਕੋਈ ਮਦਦ ਕਰੇ। ਠੀਕ ਹੈ, ਜਿਹੜਾ ਮਕਾਨ ਡਿੱਗ ਰਿਹਾ ਉਹ ਸਹੀ ਕਰਾਇਆ ਜਾਏ। ਹੈ ਠੀਕ ਜੀ। ਕੀ ਨਾਮ ਹੈ? ਸਤਨਾਮ ਸਿੰਘ। ਕਿਹੜਾ ਪਿੰਡ ਹੈ? ਪਿੰਡ ਮਾੜੀ ਕੰਬੋਲੀ, ਕਲੋਨੀਆਂ ਦੇ ਵਿੱਚ। ਹਾਂਜੀ, ਕਲੋਨੀਆਂ ਦੇ ਵਿੱਚ। ਅੱਛਾ ਵੀਰ ਜੀ, ਇੱਕ ਮਾਤਾ ਸੁੱਖੋ ਦੇ ਬਾਰੇ ਪਤਾ ਲੱਗਾ ਹੈ, ਅੰਤਾਂ ਦਾ ਮੀਂਹ ਪੈ ਰਿਹਾ ਅਤੇ ਮਾਤਾ ਤਰਪਾਲ ਪਾ ਕੇ ਗੁਜ਼ਾਰਾ ਕਰ ਰਹੀ ਹੈ, ਕੀ ਮਾਮਲਾ ਹੈ? ਹਾਂਜੀ ਵੀਰ ਜੀ, ਹਾਲਾਤ ਬਹੁਤ ਮਾੜੇ ਆ, ਮੀਂਹ ਪੈ ਰਿਹਾ ਹੋਇਆ ਨੇ, ਤਰਪੈਲ ਲੱਗੀ ਬਾਹਰ ਵਿੱਚ ਵਿਚਾਰੀ ਬੈਠੀ ਆ ਜੀ, ਕਮਰਾ ਇਹਨਾਂ ਦਾ ਅਤੇ ਉੱਤੋਂ ਇੱਟਾਂ ਡਿੱਗਣ ਡੀਆਂ, ਪਤਾ ਨਹੀਂ ਕਿਹੜੇ ਵੇਲੇ। ਇਹ ਪੁਰਾਣੀ ਕਰਨੌਲੀ ਬਣੀ ਆ ਕਿ? ਹਾਂਜੀ ਜੀ, ਪੁਰਾਣੀ ਕਰਨੌਲੀ ਜੀ, ਇੰਦਰਾ ਕਰਨੌਲੀ ਜੀ ਨੂੰ ਕਹਿ ਦਿੰਦੇ ਆ। ਅੱਛਾ। ਇਹ ਬਹੁਤ ਚਿਰ ਦੀ ਬਣੀ ਆ ਅਤੇ ਸੱਤਾਂ ਉੱਤੋਂ ਇੱਟਾਂ ਫਿੱਟ ਹੋਈਆਂ, ਇੱਟ ਪਤਾ ਨਹੀਂ ਕਿਹੜੇ ਵੇਲੇ ਥੱਲੇ ਆ ਕੇ ਡਿੱਪਣੀ। ਅਤੇ ਇਹ ਜਿਹੜੀ ਘਰ ਵਿੱਚ ਨਾ ਫਲੱਸ਼ ਹੈ, ਨਾ ਬਾਥਰੂਮ ਹੈ, ਨਾ ਚਾਰ ਦੀਵਾਰੀ ਹੈ, ਕੀ ਮੰਗ ਕਰਦੇ ਜੀ ਤੁਸੀਂ? ਇਹੋ ਮੰਗ ਕਰਦੇ ਸਰਕਾਰ ਗਾੜੀ, ਇਹਨਾਂ ਨੂੰ ਕੋਈ ਮਦਦ ਸਰਕਾਰ ਕਰੇ, ਕੋਈ ਨਾ ਪਲੈਸ ਆ, ਕੋਈ ਨਾ ਬਾਹਰ ਜਾਣ ਜੋਗੇ ਕਿਤੇ ਥਾਂ ਹੈਗਾ ਕੋਈ, ਅਤੇ ਆ ਵਿਚਾਰੀ ਬਾਹਰ ਬੈਠੀ ਆ, ਹਲੇ ਮੀਂਹ ਪੈਣ ਡਿਆ, ਬਹੁਤ ਤੰਗ ਲੋ, ਅਤੇ ਨਾ ਕਮਰੇ ਦੇ ਵਿੱਚ ਬਹਿ ਸਕਦੇ, ਅਤੇ ਪਤਾ ਨਹੀਂ ਇੱਟ ਕਿਹੜੇ ਵੇਲੇ ਡਿੱਪਣੀ ਹੈ। ਇਹਨਾਂ ਦੀ ਸਰਕਾਰ ਗਾੜੀ ਮੰਗ ਕਰਦੇ ਹਾਂ ਕਿ ਇਹਨਾਂ ਦੀ ਮਦਦ ਕੀਤੀ ਜਾਵੇ। ਕੀ ਨਾਮ ਹੈ ਤੁਹਾਡਾ? ਕਿਹੜਾ ਪਿੰਡ ਹੈ? ਅੱਛਾ ਮਾਤਾ ਜੀ, ਅੱਜ ਤੁਸੀਂ ਤਰਪਾਲ ਥੱਲੇ ਪਏ ਜੇ, ਕੀ ਗੱਲ? ਜਿਹੜਾ ਕਮਰਾ ਹੈ, ਕੀ ਗੱਲ ਹੋਈ ਕਮਰੇ ਦੀ? ਕਮਰਾ ਵੀ ਚੋਂਦਾ ਆ, ਡਿੱਗਣ ਡਿਆ ਵਾ, ਤੇ ਅਸੀਂ ਤੋਂ ਡਿੱਗਣ ਡਿਆ, ਇੱਟਾਂ ਡਿੱਗਣ ਡੀਆਂ ਤੇ ਬਾਹਰ ਆ ਗਏ ਆ, ਤਾਂ ਤੰਬੂ ਲਾ ਕੇ ਬੈਠੇ ਆ। ਕਿੰਨੇ ਬੱਚੇ ਆ ਤੁਹਾਡੇ? ਬੱਚੇ ਮੇਰੇ ਤਿੰਨ ਆ, ਇੱਕ ਮੁੰਡਾ ਹੈ, ਦੋ ਗੁੱਡੀਆਂ ਆ, ਇੱਕ ਗੁੱਡੀ ਵਿਆਹੀ ਆ ਤੇ ਇੱਕ ਵਿਆਹੁਣ ਵਾਲੀ ਆ। ਅੱਛਾ, ਤੇ ਉਹ ਜਿਹੜੀ ਬੱਚੀ ਆ ਅੱਜ ਦੀ ਵਿਆਹੁਣ ਯੋਗ, ਉਹ ਕਿੱਥੇ ਆ? ਉਹ ਅੰਮ੍ਰਿਤਸਰ ਆ, ਕਿਸੇ ਦੇ ਘਰ ਕੰਮ ਕਰਦੀ ਆ। ਮੈਂ ਠੀਕ ਨਹੀਂ ਰਹਿੰਦੀ, ਵੀ ਢਿੱਲੀ ਮੱਟੀ ਰਹਿੰਦੀ ਹਾਂ, ਮੇਰੇ ਹੱਥ ਪੈਰ ਬੜੇ ਪੀੜ ਕਰਦੇ, ਮੇਰੇ ਤੋਂ ਕੰਮ ਨਹੀਂ ਹੁੰਦਾ ਵੀ। ਤੇ ਘਰ ਦੇ ਵਿੱਚ ਫਲੱਸ਼ ਵੀ ਨਹੀਂ ਤੇ ਕਿੱਧਰ ਜਾਂਦੇ ਜੇ ਫਿਰ? ਬਾਤ ਫਲੱਸ਼ ਵੀ ਨਹੀਂ ਹੈਗੀ, ਬਾਹਰ ਹੀ ਜਾਈਦਾ, ਇਸ ਤਰ੍ਹਾਂ ਹੀ ਡਿੱਗਦੇ ਢਿੰਦੇ ਜਾਈਦਾ ਵਾ। ਨਾ ਹੀ ਚਾਰ ਦੀਵਾਰੀ ਆ ਘਰ? ਨਾ ਚਾਰ ਦੀਵਾਰੀ, ਉਹ ਵੀ ਡਿੱਗ ਪਈ, ਕੱਚੀਆਂ ਕੰਧਾਂ ਸੀ, ਜਦੋਂ ਮੈਂ ਕਰਨ ਜੋਗੀ ਮੈਂ ਕਰ ਲੈਂਦੀ, ਹੁਣ ਮੇਰੇ ਤੋਂ ਹੁੰਦੀਆਂ ਨਹੀਂ ਆ। ਤੇ ਇਹ ਕੀ ਗੱਲ, ਜਿਸ ਤਰ੍ਹਾਂ ਦੇ ਹਾਲਾਤ ਬਣੇ ਆ, ਇਹ ਤੇ ਨਿਰੇ ਸੱਪਾਂ ਦਾ ਘਰ ਹੈ ਕਿ ਚਾਰ ਦੀਵਾਰੀ ਜਾਂ ਕੁਛ ਵੀ ਨਹੀਂ ਹੈ, ਤੇ ਸੱਪ ਵੀ ਮੇਰੇ ਹਿਸਾਬ ਨਾਲ ਨਿਕਲਣ ਦਾ ਖਤਰਾ ਮੀਂਹ ਦੇ ਦਿਨ ਨਿਕਲਦੇ ਆ ਕਿ ਸੱਪ ਤੇ ਬੜੇ ਜਿਹੜੇ ਕੱਲ ਪਰਸੋਂ ਸਾਡੇ ਮੰਜੇ ਤੇ ਨਾਲ ਚੜ ਚੱਲਿਆ ਸੀ ਬੈੱਡ ਦੇ ਨਾਲ। ਠੀਕ ਹੈ, ਹਾਂਜੀ, ਫਿਰ ਡੰਡੇ ਨਾਲ ਮੁੰਡੇ ਨੇ ਪਰਾਂ ਨੂੰ ਚੁੱਕਿਆ ਮਾੜਾ ਜਿਹਾ। ਹੁਣ ਕੀ ਮੰਗ ਕਰਦੇ ਜੀ? ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਥੋੜ੍ਹੇ ਬਹੁਤ ਗੈਸ ਦਿਓ, ਵੀ ਕੋਠਾ ਮਟਨਾ ਪਾਉਣ ਲਈ, ਕੰਧ ਕੌਲਾ ਕਰਨ ਲਈ, ਲੈਟਰਿੰਗ ਬਾਥਰੂਮ ਬਣਾਉਣ ਲਈ।